ਪਟਿਆਲਾ ਦੇ ਡੀਸੀ ਦਫ਼ਤਰ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਮਿਲ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ, ਹਰਪਾਲ ਜੁਨੇਜਾ ਅਤੇ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਮੁੱਖ ਤੌਰ ਦੇ ਉੱਤੇ ਮੌਜੂਦ ਨੇ। ਇਸ ਮੌਕੇ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ। ਦਰਅਸਲ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਵੱਲੋਂ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜੋ ਕਿ ਵਾਰਡ ਨੰਬਰ 42 ਦੇ ਵਿਚ ਨੋਮੀਨੇਸ਼ਨ ਫਾਰਮ ਭਰੇ ਜਾ ਰਹੇ ਨੇ, ਇਸ ਦੇ ਵਿਚ ਗਲਤੀਆਂ ਕੱਢੀਆਂ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ। ਸਰ, ਅਸੀਂ 42 ਨੰਬਰ ਵਾਰਡ 'ਚੋਂ MC ਇਲੈਕਸ਼ਨ 'ਚ ਅਪਲਾਈ ਕੀਤਾ ਸੀਗਾ। ਸਾਰੇ ਡਾਕੂਮੈਂਟਸ ਅਸੀਂ ਫਾਈਲ ਤਿਆਰ ਕਰਕੇ ਦਿੱਤੀ ਸੀ ਔਰ ਉਹਨਾਂ ਨੇ ਸਾਨੂੰ ਫੋਰਮਸ ਦੀ ਰਸੀਦ ਫਾਈਲ ਦੀ ਰਸੀਦ ਬਣਾ ਕੇ ਦਿੱਤੀ ਔਰ ਸਾਰੇ ਕਾਗਜ਼ ਸਹੀ ਉਹਨਾਂ ਨੇ ਰਿਸੀਵ ਕੀਤੇ। ਅੱਜ ਅਸੀਂ ਆਏ ਹਾਂ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਇਹ ਕਾਗਜ਼ ਪੂਰੇ ਨਹੀਂ ਹੈ, ਤੁਸੀਂ ਨੰਬਰ ਗਲਤ ਲਿਖਿਆ ਹੋਇਆ। ਨਾ ਸਿਰਫ ਆਮ ਆਦਮੀ ਪਾਰਟੀ ਦਾ, ਜਿਹੜੇ ਉਹਨਾਂ ਨੇ ਅਕਾਲੀ ਦਲ ਦਾ ਵੀ 42 ਨੰਬਰ ਦਾ ਕੈਂਡੀਡੇਟ ਸੀ ਉਹਦੀ ਵੀ ਇਹੀ ਕਹਿ ਕੇ ਫਾਈਲ ਰਿਜੈਕਟ ਕੀਤੀ। ਕਿਹੜਾ ਨੰਬਰ ਵਾਰਡ ਸੀ, ਕਿਹਦੇ ਖਿਲਾਫ? 42 ਨੰਬਰ ਵਾਰਡ ਮੈਂ ਸੰਜੀਵ ਬਿੱਟੂ ਦੇ ਖਿਲਾਫ ਖੜਾ ਸੀ। ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਕਿਉਂ ਕੀਤਾ ਜਾ ਰਿਹਾ ਇਸ ਤਰ੍ਹਾਂ? ਸਰਕਾਰ ਦੀ ਸਾਜ਼ਿਸ਼ ਹੈ ਸਰ, ਬਿਨਾਂ ਇਲੈਕਸ਼ਨ ਤੋਂ ਹੀ ਜਿਹੜਾ ਹੈ MC ਬਣਨੇ ਸ਼ੁਰੂ ਹੋ ਗਏ। ਗੜਬੜ ਹੈਗੀ ਹੈ ਜੀ, ਇਹਨਾਂ ਨੇ ਕੁਛ ਨਾ ਕੁਛ ਕਮੀ ਅੰਦਰ ਕਰੀ ਹੋਈ ਹੈ, ਇਹ ਹਮ ਨਹੀਂ ਚਾਹਤੇ। ਹਮ ਆਮ ਪਾਰਟੀ ਕੇ ਤਰਫ ਸੇ ਪ੍ਰਸ਼ਾਸਨ ਸਾਡੇ ਨਾਲ ਨਹੀਂ ਹੈ ਜੀ। ਜੇ ਪ੍ਰਸ਼ਾਸਨ ਸਾਡੇ ਨਾਲ ਹੁੰਦਾ ਤਾਂ ਸਾਡੀ ਇਹ ਗਲਤੀ ਨਾ ਹੁੰਦੀ। ਸਰ, ਇਹ ਮੇਰੇ ਨਾਲ ਹੀ, ਮੈਂ ਇਹਨਾਂ ਦੇ ਨਾਲ ਹੀ ਹੈਗੀ, ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ, ਇਹਨਾਂ ਦੇ ਨਾਲ ਹੀ ਹਮੇਸ਼ਾ ਜੁੜਾਂਗਾ, ਆਮ ਪਾਰਟੀ ਦੇ ਨਾਲ ਹੀ ਜੁੜੂੰਗੀ। ਜਿਹੜੇ ਆਜ਼ਾਦ ਉਮੀਦਵਾਰ ਨੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ, ਹਾਂਜੀ, ਕੁਛ ਆਜ਼ਾਦ ਉਮੀਦਵਾਰ ਨੇ ਪਾਰਟੀ ਵੱਲੋਂ, ਨਹੀਂ ਨਹੀਂ ਬਿਲਕੁਲ ਨਹੀਂ, ਸਾਡੇ ਆਪਣੇ ਉਮੀਦਵਾਰ ਹੈਗੇ ਜੀ, ਸਾਨੂੰ ਉਹਦੀ ਲੋੜ ਨਹੀਂ। ਸਾਡੇ ਆਪਣੇ ਪਹਿਲਾਂ ਘਰੇ ਜਾ ਕੇ ਥ੍ਰੈਟ ਕੀਤਾ ਕੈਂਡੀਡੇਟਾਂ ਨੂੰ, ਉਹਨਾਂ ਨੂੰ ਕਿਹਾ ਕਿ ਅਸੀਂ ਵਿਡਰਾ ਕਰ ਲਓ। ਜਦੋਂ ਕੈਂਡੀਡੇਟ ਨਹੀਂ ਮੰਨੇ, ਆਫੀਸ਼ੀਅਲ ਕੈਂਡੀਡੇਟ ਨਹੀਂ ਮੰਨੇ, ਫਿਰ ਅੱਜ ਪਤਾ ਲੱਗਿਆ ਵੀ ਇਹਨਾਂ ਨੇ ਕਾਗਜ਼ ਕੈਂਸਲ ਕਰਤੇ, ਉਹਦੇ ਵਿੱਚੋਂ NOC ਕੱਢੀ ਗਈ ਹੈ। ਸਾਡੇ ਕੋਲ ਫੋਟੋ ਸਟੇਟ ਕਾਪੀ ਨਾਲ ਹੈ, DC ਆਫਿਸ ਦੇ ਵਿੱਚ ਅਸੀਂ DC ਸਾਹਿਬ ਨੂੰ ਉਹਦੇ ਦਿੱਤੀ ਹੈ ਕਾਪੀ, ਅਤੇ ਉਹਨਾਂ ਨੇ ਸਾਨੂੰ ਰਿਸੀਵ ਕਰਕੇ ਨਹੀਂ ਦਿੱਤਾ, ਐਪਲੀਕੇਸ਼ਨ ਫਾਈਲ ਲਈ ਪਰ ਸਾਨੂੰ ਰਿਸੀਵ ਨਹੀਂ ਦਿੱਤੀ ਉਹਦੀ। ਸੋ ਅਤੇ ਰਿਟਰਨਿੰਗ ਅਫਸਰ ਹੈ, ਉਹ ਕੁਰਸੀ 'ਤੇ ਬੈਠਾ ਨਹੀਂ ਗਾ, ਉੱਥੋਂ ਨਸ਼ਿਆ ਹੋਇਆ। ਸੋ ਉਹਦੇ ਖਿਲਾਫ ਅੱਜ ਅਸੀਂ ਬੈਠੇ ਹਾਂ, ਸ਼ਿਕਾਇਤ ਦੀ ਰਸੀਦ ਸਾਨੂੰ ਦੇ ਨਹੀਂ ਰਹੇ ਉਹ। ਤਕਰੀਬਨ 3-4 ਵਾਰਡ ਤਾਂ ਸਾਡੇ ਕੋਲ ਆ ਗਏ ਨੇ, ਅਤੇ ਜਿਹਦੇ ਸਾਰੇ ਜਿੰਨੇ ਵੀ ਕੈਂਡੀਡੇਟ ਨੇ, ਇਕੱਲੇ ਇਹ ਨਹੀਂ ਕਿ ਸਾਡੇ ਆਪਾਂ ਦੇ ਵੀ ਦੂਜਿਆਂ ਦੇ ਵੀ, ਸਾਰੇ ਕੀਤੇ ਨੇ, ਇਹ ਕਿਉਂਕਿ ਇਹ ਇਲੈਕਸ਼ਨ ਤੋਂ ਡਰਦੇ ਨੇ, ਇਹਨਾਂ ਨੂੰ ਆਪਣੇ ਆਪ 'ਤੇ ਕੰਫੀਡੈਂਸ ਹੈ ਨਹੀਂ, ਉਦੋਂ ਭੱਜਣ ਨੂੰ ਤਿਆਰ ਨੇ ਇਹ। ਸੋ ਅੱਜ ਇਹ ਇਹਨਾਂ ਗੱਲਾਂ ਦੇ ਉੱਤੇ ਆ ਗਏ, ਅਤੇ ਅਸੀਂ ਕੋਰਟ 'ਚ ਵੀ ਜਾਵਾਂਗੇ। ਅਸੀਂ ਲੋਕਤੰਤਰ ਦਾ ਇਹ ਘਾਣ ਕਰ ਰਹੇ ਨੇ, ਤੁਸੀਂ ਦੇਖਿਓ ਆਉਂਦੇ ਦਿਨਾਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਕੋਲਣਾ ਨਹੀਂ ਹੈ ਬਿਲਕੁਲ ਹੀ। ਗੱਲ ਕਰ ਰਹੇ ਹਾਂ, 42 ਨੰਬਰ ਵਾਰਡ ਦੀ ਗੱਲ ਹੈ ਜੀ।
42 ਨੰਬਰ ਵਾਰਡ ਦੀ ਗੱਲ ਹੈ ਜੀ, ਉੱਥੋਂ ਸਾਰੇ ਅਕਾਲੀ ਦਲ ਦਾ ਵੀ, ਸਾਡਾ ਵੀ, ਬੀਜੇਪੀ ਦਾ ਵੀ, ਜਿੰਨੇ ਵੀ ਸਾਰੇ ਕੈਂਡੀਡੇਟ ਸੀ ਇੰਡੀਪੈਂਡੈਂਟ ਵੀ, ਸਾਰਿਆਂ ਦੇ ਪੇਪਰ ਚੈੱਕ ਕੀਤੇ ਆ। ਕਿਹੜੇ ਵਾਰਡ ਦੀ ਗੱਲ ਹੈ? ਇਹ 42 ਦੀ। ਮੈਂ ਤੁਹਾਨੂੰ ਉਹਦੀ ਸਪੈਸ਼ਲ ਦੱਸਦਾ, ਮੈਂ ਉਹ ਡਿਟੇਲਸ ਦਿੰਦਾ ਤੁਹਾਨੂੰ। ਉੱਥੋਂ ਡਾਕਟਰ ਹਰੀਸ਼ ਕਾਂਤ ਵਾਲੀਆ ਸਾਡੇ ਬਹੁਤ ਮਜ਼ਬੂਤ ਕੈਂਡੀਡੇਟ ਆ, ਜਿੱਤਣ ਵਾਲੇ ਕੈਂਡੀਡੇਟ ਹੈ। ਉਹਨਾਂ ਨੇ ਸਾਰੇ ਡਾਕੂਮੈਂਟ ਚੈੱਕ ਕਰਾ ਕੇ ਦਿੱਤੇ, ਇਹਨਾਂ ਨੇ ਕੱਲ੍ਹ ਰਸੀਦ ਦਿੱਤੀ ਹੈ ਕਿ ਤੁਹਾਡੇ ਸਾਰੇ ਡਾਕੂਮੈਂਟ ਇਨ ਆਰਡਰ ਹੈ, ਕੋਈ ਓਬਜੈਕਸ਼ਨ ਨਹੀਂ ਲਾਇਆ ਉਹਦੇ ਉੱਤੇ। ਲੇਕਿਨ ਅੱਜ ਕਹਿੰਦਾ ਜੀ, ਤੁਹਾਡੀ ਜਿਹੜੀ ਤੁਸੀਂ ਨਾਲ ਜਿਹੜੀ ਵੋਟਰ ਲਿਸਟ ਲਾਈ ਹੈ, ਉਹ ਤੁਸੀਂ ਮਿਊਂਸੀਪਲ ਕਾਰਪੋਰੇਸ਼ਨ ਦੀ ਨਾਂ ਲਾ ਕੇ ਵਿਧਾਨ ਸਭਾ ਦੀ ਲਾਤੀ, ਇਹ ਕੋਈ ਬਜ਼ਰ ਗਲਤੀ ਨਹੀਂ ਹੈ। ਇਸ ਪਲੀਜ਼ ਤਾਂ ਰਿਜੈਕਟ ਕੀਤਾ ਨਹੀਂ ਜਾ ਸਕਦਾ, ਕਿਉਂਕਿ ਇਹ ਮੈਂਡੇਟਰੀ ਨਹੀਂ ਹੈ ਕਿ ਕੈਂਡੀਡੇਟ ਲਾਵੇ। ਉਹਨਾਂ ਨੇ ਦੇਖਣਾ ਹੁੰਦਾ ਕਿ ਉਹਦੀ ਵੋਟ ਹੈ ਕਿ ਨਹੀਂ ਹੈ, ਸਿਰਫ ਇਸ ਪਲੀ ਦੇ ਉੱਤੇ ਉਹਨਾਂ ਦੇ ਕਾਗਜ਼ ਵਿੱਚੋਂ ਗਾਇਬ ਕੀਤੇ ਗਏ ਜਾਣ ਕੇ। ਇਸੇ ਤਰ੍ਹਾਂ ਜਿਹੜਾ 41 ਵਾਰਡ ਹੈ, ਉੱਥੋਂ ਸਾਡੀ ਮਨੀਸ਼ਾ ਰਾਣੀ ਸਾਡੀ ਕੈਂਡੀਡੇਟ ਹੈ, ਬਹੁਤ ਮਜ਼ਬੂਤ ਕੈਂਡੀਡੇਟ ਹੈ। ਉਹਦੀ ਜਿਹੜੀ ਰਸੀਦ ਦਿੱਤੀ ਹੈ, ਉਹ 41 ਤੋਂ ਸਾਡੀ ਉਮੀਦਵਾਰ ਹੈ, 41 ਲਿਖਿਆ ਹੋਇਆ ਉਹਦੀ ਰਸੀਦ 'ਤੇ। ਕਹਿੰਦੇ ਤੁਸੀਂ ਫਾਰਮ 'ਤੇ 42 ਲਿਖਿਆ ਹੋਇਆ, ਜੇ ਫਾਰਮ 'ਤੇ 42 ਲਿਖਿਆ ਹੋਇਆ ਤਾਂ 41 ਦੀ ਰਸੀਦ ਕਿਵੇਂ ਦਿੱਤੀ? ਰਸੀਦ ਸਾਡੇ ਕੋਲ, ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲਿਆ, ਉਹ ਕਹਿੰਦੇ ਜੀ ਇਹ ਜਿਹੜਾ ਤੁਹਾਡਾ ਬੰਦਾ ਜਿਹੜਾ ਸਕੂਟਨੀ ਕਰ ਰਿਹਾ, ਇਹ ਉਹਦਾ ਅਧਿਕਾਰ ਖੇਤਰ, ਮੈਂ ਇੰਟਰਫੀਅਰ ਨਹੀਂ ਕਰ ਸਕਦਾ। ਮੈਂ ਕਿਹਾ ਜੀ ਉਸ ਤੋਂ ਉੱਪਰ ਕਿਹੜੀ ਅਥਾਰਟੀ ਆ ਜਿਹਦੇ ਕੋਲ ਅਸੀਂ ਕੰਪਲੇਂਟ ਲੈ ਕੇ ਜਾ ਸਕਦੇ ਹਾਂ? ਕਹਿੰਦੇ ਮੈਂ ਉਹ ਮੈਂ ਹੀ ਹਾਂ। ਮੈਂ ਕਿਹਾ ਜੀ ਫਿਰ ਤੁਸੀਂ ਕਰੋ। ਫਿਰ ਕਹਿੰਦੇ ਐਪਲੀਕੇਸ਼ਨ ਦੇਖ ਕੇ ਦਿਓ। ਅਸੀਂ ਐਪਲੀਕੇਸ਼ਨ ਦੇਖ ਕੇ ਦੇ ਰਹੇ ਹਾਂ, ਅਸੀਂ ਕਮਿਸ਼ਨ ਕੋਲ ਵੀ ਜਾਵਾਂਗੇ, ਅਸੀਂ ਹਾਈ ਕੋਰਟ 'ਚ ਵੀ ਜਾਵਾਂਗੇ। ਇਹ ਤੁਹਾਡੇ ਸਾਹਮਣੇ ਆ ਕਿ ਇੱਕ ਵਾਰਡ ਤੋਂ 42 ਤੋਂ ਉੱਥੋਂ ਆਮ ਆਦਮੀ ਪਾਰਟੀ ਦਾ ਵੀ ਕੈਂਸਲ ਕੀਤਾ ਉਹਨੇ, ਉਹਦੇ ਕਾਗਜ਼ ਚੋਰੀ ਕੀਤੇ। ਜਿੰਨੀ ਦੇਰ ਸਾਡੀ ਇਹ ਮੰਗਾਂ ਨਹੀਂ ਮੰਨਦੇ, ਉੱਨੀ ਦੇਰ ਜਾਰੀ ਰੱਖਦੇ ਸ਼ਕਲ ਦੇ ਵਿੱਚ ਜਾ ਸਾਨੂੰ। ਹਾਂਜੀ, ਸਾਡੇ ਉਮੀਦਵਾਰ ਇੱਥੇ ਹਾਜ਼ਰ ਹੈ। ਪੁਲਿਸ ਵਾਲੋ ਨੇ ਐਕਸ਼ਨ ਕਰਨਾ ਹੋਤਾ ਜੀ, ਔਰ ਹਮ ਲੋਗੋਂ ਨੇ 144 ਮੇਂ ਉਸਮੇਂ ਬਹੁਤ ਸਾਫ ਲਿਖਾ ਹੁਆ ਕਿ ਜੋ ਵੀ ਇਸ ਤਰ੍ਹਾਂ ਕੀ ਕੰਪਲਾਈਂਸ ਹੋਣੀ ਹੈ ਉਹ ਪੁਲਿਸ ਕੀ ਤਰਫ ਸੇ ਹੋਗੀ। SSP ਸਾਹਿਬ ਸੇ ਮੇਰੀ ਬਾਤ ਹੋਈ ਹੈ, ਤੋ ਅਭੀ ਦੇਖਤੇ ਹੈਂ ਜਬ SSP ਸਾਹਿਬ ਕਾ ਕੁਛ ਆ ਜਾਤਾ ਤੋ ਹਮ ਲੋਗ ਦੇਖ ਲੇਂਗੇ ਕੈਸੇ ਕਰਨਾ ਇਸਕੋ। मुझे ये बता रहे हैं कि कुछ इश्यूज़ हैं इनके, अभी तक बहुत साफ खुल के कोई बात नहीं है। अगर कोई रिप्रेजेंटेशन आती है तो उस पर हम जो है कार्रवाई कराएंगे और मेरिट पे कराएंगे। ये आर ओ के लेवल पे होना जी, क्वासी जुडिशरी फंक्शन है, उसमें मैं एंक्रोच नहीं कर सकता हूँ, ना मेरा अधिकार है। वो आर ओ के लेवल पे होना है, आर ओ की डिस्क्रिप्शन है जी। मैं वही कह रहा हूँ जी, एज पर रिप्रेजेंटेशन उस पर कोई इंक्वायरी करानी हो, इंक्वायरी कराएंगे, बट इलेक्शन प्रोसेस हॉल्ट नहीं होता इन चीज़ों से। ये आर ओ के लेवल पे होंगे। मैं वही कह रहा हूँ जी, अभी स्क्रूटनी खत्म नहीं हुई है, 3 बजे के बाद अगर कोई कमेंट्स होंगे तो वो मैं दे सकता हूँ, और आर ओ के लेवल पे होना है, मेरे लेवल पे नहीं होना है। ठीक है, थैंक यू जी। थैंक यू। पटियाला तो अमरजीत सिंह की रिपोर्ट, जगत सेवक वेब TV।